ਰਸਤਾ ਜਿਹੜਾ ਹੁਣ ਬਦਲਣਾ ਸ਼ੁਰੂ ਹੋ ਗਿਆ। ਜਿਹੜੇ ਠੱਗ ਨੇ ਲਗਾਤਾਰ ਜਿੱਥੇ ਆਨਲਾਈਨ ਲੋਕਾਂ ਨਾਲ ਠੱਗੀ ਕਰ ਰਹੇ ਨੇ ਉੱਥੇ ਹੀ ਹੁਣ ਜਿਹੜਾ ਸਾਈਬਰ ਕ੍ਰਾਈਮ ਦੇ ਵਿੱਚ ਲੋਕ ਸ਼ਿਕਾਇਤਾਂ ਕਰ ਰਹੇ ਨੇ। ਇੱਕ ਨਵਾਂ ਮਾਮਲਾ ਜਿਹੜਾ ਕਾਰਡ ਕਲੋਰਿੰਗ ਤੇ ਕਾਰਡ ਐਕਸਚੇਂਜ ਦਾ ਵੀ ਸਾਹਮਣੇ ਆ ਰਿਹਾ, ਜਿੱਥੇ ਲੋਕਾਂ ਦੇ ਏਟੀਐਮ ਚੋਂ ਪੈਸੇ ਕਢਾਉਣ ਜਾਂਦੇ ਨੇ, ਜਿੱਥੇ ਠੱਗ ਲੋਕ ਉਹਨਾਂ ਠੱਗੀ ਕਰ ਰਹੇ ਨੇ। ਇਸ ਤਰ੍ਹਾਂ ਦਾ ਮਾਮਲਾ ਆਇਆ ਮੋਹਾਲੀ ਫੇਸ 1 ਦੇ ਵਿੱਚ, ਜਿੱਥੇ ਇਸ ਬੱਚੀ ਚੋਂ ਪੈਸੇ ਕਢਾਉਣ ਆਈ ਤਾਂ ਉਹਨਾਂ ਦੇ ਖਾਤੇ ਦੇ ਵਿੱਚੋਂ ਇੱਕ ਇੱਕ ਕਰਕੇ 47,000 ਰੁਪਏ ਕੱਢ ਲਏ ਗਏ। ਪਰ ਹੈਰਾਨੀ ਦੀ ਗੱਲ ਹੈ ਕਿ ਬੱਚੀ ਦੇ ਮਾਤਾ ਨੇ ਜਿਹੜੇ ਵਿਆਹ ਲਈ ਜਿਹੜੇ ਦਾਜ ਲਈ ਜਿਹੜੇ ਪੈਸੇ ਇਕੱਠੇ ਕੀਤੇ ਜਾ ਰਹੇ ਸੀ, ਪਰ ਠੱਗ ਨੇ ਉਹਨਾਂ ਨੇ ਇਸ ਪੂਰੇ ਉਹਨਾਂ ਦੀ ਮਿਹਨਤ ਤੇ ਪਾਣੀ ਫੇਰ ਦਿੱਤਾ ਤੇ ਉਹਨਾਂ ਦੀ ਜਿਹੜੀ ਆ ਪੂਰੀ ਮਿਹਨਤ ਦੀ ਕਮਾਈ ਆ ਉਹ ਪੂਰੀ ਜਿਹੜੀ ਆ ਕੱਢ ਲਈ ਗਈ ਆ। ਇੱਥੇ ਅਸੀਂ ਗੱਲਬਾਤ ਵੀ ਕਰਾਂਗੇ। ਬੇਟੇ ਕੀ ਨਾਮ ਆ ਤੁਹਾਡਾ? ਸੰਜਨਾ ਕੁਮਾਰੀ। ਕਦ ਪੈਸੇ ਨਿਕਾਲੇ ਇੱਥੇ? ਸਨ 29 ਤਾਰੀਖ ਕੋ ਆਏ, 29 ਤਾਰੀਖ ਕੋ ਆਏ ਥੇ ਸ਼ਾਮ ਕੇ 4 ਵਜੇ ਕੇ ਆਸ ਪਾਸ। ਕੀ ਹੋਆ ਤਾ ਸਰ? ਮੈਂ ਏਟੀਐਮ ਆਏ ਥੇ ਤੋ ਅੰਦਰ ਇੱਕ ਬੰਦਾ ਥਾ, ਵੋ ਜਬ ਹਮ ਏਟੀਐਮ ਗਏ ਤੋ ਬਾਹਰ ਨਿਕਲ ਗਿਆ, ਲੇਕਿਨ ਜਬ ਹਮ ਏਟੀਐਮ ਯੂਜ਼ ਕਰਨੇ ਲਗੇ ਤੋ ਵੋ ਪੀਛੇ ਸੇ ਅੰਦਰ ਆ ਗਿਆ। ਉਸਨੇ ਹਮਾਰੀ ਸਾਰੀ ਡਿਟੇਲਸ ਦੇਖ ਲੀ ਤੋ ਹਮਸੇ ਏਟੀਐਮ ਚੱਲ ਨਹੀਂ ਰਹਾ ਥਾ, ਜ਼ੀਰੋ ਕਾ ਬਟਨ ਪ੍ਰੈਸ ਨਹੀਂ ਹੋ ਰਹਾ ਥਾ। ਤੋ ਉਸਨੇ ਹਮਾਰੀ ਹੈਲਪ ਕਰਨੇ ਕੋ ਕਹਾ, ਟਰਾਈ ਕੀਆ, ਬਟ ਉਸੇ ਵੀ ਨਹੀਂ ਹੁਆ। ਤੋ ਉਸਨੇ ਹਮਾਰੀ ਬੈਲੈਂਸ ਇਨਕੁਆਇਰੀ ਕੀ, ਤੋ ਉਸਨੇ ਦੁਬਾਰਾ ਏਟੀਐਮ ਕਾਰਡ ਨਿਕਾਲ ਕੇ ਉਸਮੇ ਦੁਬਾਰਾ ਟਰਾਈ ਕੀਆ, ਉਸੇ ਵਿੱਚ ਉਸਨੇ ਆਪਣਾ ਏਟੀਐਮ ਕਾਰਡ ਹਮਾਰੀ ਏਟੀਐਮ ਕਾਰਡ ਐਕਸਚੇਂਜ ਕਰ ਲਿਆ ਥਾ, ਹਮੇ ਪਤਾ ਨਹੀਂ ਲਗਾ ਥਾ। ਤੋ ਉਹ ਵਹਾਂ ਸੇ ਚਲਾ, ਉਸਕੇ ਬਾਅਦ ਹਮਨੇ ਦੁਬਾਰਾ ਟਰਾਈ ਕੀਆ, ਨਹੀਂ ਹੁਆ। ਤੋ ਹਮ ਘਰ ਚਲੇ ਗਏ, ਘਰ ਜਾ ਕੇ ਫਿਰ ਫੋਨ ਮੇ ਮੈਸੇਜ ਆਇਆ ਕਿ ਪੈਸੇ ਨਿਕਲੇ ਹੈ, ਤੋ ਪਤਾ ਲਗਾ। ਪੈਸੇ ਇੱਕ ਵਾਰ ਨਿਕਲੇ ਜਾਂ ਅਲੱਗ-ਅਲੱਗ ਬੰਦੇ? ਅਲੱਗ-ਅਲੱਗ ਵਾਰ ਨਿਕਲੇ। ਇੱਕ ਵਾਰ 17,000 ਨਿਕਲੇ, ਇੱਕ ਵਾਰ 3,000 ਨਿਕਲੇ, ਇੱਕ ਵਾਰ 11,500, ਇੱਕ ਵਾਰ 15,500, ਅੱਗੇ ਕੇ ਮੈਸੇਜਸ ਨਹੀਂ ਆਏ। ਕੀ ਨਾਮ ਹੈ ਆਪਕਾ? ਆਸ਼ਾ ਦੇਵੀ। ਆਸ਼ਾ ਦੇਵੀ ਜੀ, ਜੋ ਆਪਨੇ ਪੈਸੇ ਜੋੜੇ ਥੇ ਕਿਤਨੇ ਮੰਗਦੇ ਕਿਤਨੇ ਪੈਸੇ? हमारी दो दो बेटियां जवान हो गई तो हम इनकी शादी ब्याह के लिए दो दो पैसा बड़ी मुश्किल से घर खर्चे में से काट काट के जोड़ रहे थे, पर उस उन्होंने तो मेरा मतलब मेरी उम्मीद ही तोड़ दिया, उन्होंने सब कुछ ले गया मेरा। मेरी तबीयत खराब था, मुझे चलाना भी नहीं आता, मैं पढ़ी लिखी नहीं हूँ, मुझे समझ नहीं आता, बच्चे ही निकालते हैं। अब उस दिन मेरा थोड़ा बारिश करके मेरा बुखार चढ़ गया था, मेरे को आने का मन नहीं कर रहा था, मुझे दवाई भी नहीं थी घर में, कुछ था नहीं, मैं कहा जाओ थोड़े पैसे लो ताकि दवा दुआ लेंगे घर में कुछ खाने पीने की। तो मैंने पुलिस को, हाँ जी गए थे पुलिस में, तो उन्होंने कहा कि हमारे पास इसकी मशीन नहीं है, आप डीएसपी के ऑफिस से कार्रवाई करो। फिर हम बैंक गए, डिटेल निकलवाए, फिर हम डीएसपी के ऑफिस में डाले हैं केस। और क्या मांग करते हैं? हाँ जी, वापस ला जाए, पता नहीं, अभी तक तो मुझे कुछ पता नहीं चला। स्पष्ट तौर पर पीड़ित परिवार का कहना है कि असीं जिहड़ा पुलिस नूं शिकायत की गई, ये इत्थे दे एटीएम लगे, बेशक इत्थे सुरक्षा के प्रबंध ने, सिक्योरिटी गार्ड भी इत्थे हैगा, पर जिहड़े ठग ने वो कितना कितना जो लोग इस तरह के जो पैसे कढ़ाउण आउंदे ने उन्होंने तरीके नाल जिहड़ा गलबात करके जिहड़ा उन्हां नाल ठगी मान की कोशिश करते हैं। इस तरह के जो भी हर बैंक बारे भी हर रोज़ उन्होंने जागरूक किया जा रहा है कि जेकर सोडा बैंक वाले भी लगातार उन्होंने कह रहे हैं कि अपना ओटीपी नंबर जो कोई ਕਢਾ ਰਿਹਾ ਵੀ ਉਹਦੇ ਕੋਲ ਨਾ ਪੈਸੇ ਕਢਾਓ, ਪਰ ਇਸ ਦੇ ਬਾਵਜੂਦ ਕਿਤੇ ਨਾ ਕਿਤੇ ਕਮੀ ਆ ਰਹੀ ਆ ਕਿ ਲੋਕ ਹਲੇ ਵੀ ਇਸ ਨੂੰ ਲੈ ਕੇ ਅਵੇਅਰ ਨਹੀਂ ਹੈਗੇ, ਜਿਸ ਦੇ ਚੱਲਦੇ ਠੱਗ ਲੋਕਾਂ ਨਾਲ ਠੱਗੀ ਜਿਹੜੀ ਮਾਰ ਰਹੇ ਨੇ, ਉਹਨਾਂ ਦੀ ਜਿਹੜੀ ਆ ਪੂਰੀ ਮਿਹਨਤ ਦੀ ਜਿਹੜੀ ਆ ਕਮਾਈ ਜਿਹੜੇ ਹੜੱਪ ਕਰ ਰਹੇ ਨੇ। ਇਸ ਪਰਿਵਾਰ ਨੇ ਵੀ ਆਪਣੀ ਬੇਟੀ ਜਿਹੜੀ ਸ਼ਾਦੀ ਲਈ ਜਿਹੜੇ ਪੈਸੇ ਇਕੱਠੇ ਕਰੇ ਸੀ, ਪਰ ਉਹਨਾਂ ਦੀਆਂ ਉਮੀਦਾਂ 'ਤੇ ਵੀ ਹੁਣ ਪਾਣੀ ਫਿਰ ਗਿਆ। ਫਿਲਹਾਲ ਇਹਨਾਂ ਵੱਲੋਂ ਸਾਈਬਰ ਕ੍ਰਾਈਮ ਦੇ ਵਿੱਚ ਸ਼ਿਕਾਇਤ ਕੀਤੀ ਆ ਅਤੇ ਪੁਲਿਸ ਦਾ ਕਹਿਣਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਆ, ਜਾਂਚ ਤੋਂ ਬਾਅਦ ਜਿਹੜੀ ਆ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਹੱਥ ਲਈ ਖਾਲੀ ਨੇ। ਮੋਹਾਲੀ ਤੋਂ ਕੈਮਰਾਮੈਨ ਦੀ ਗੌਤਮ ਦੇ ਨਾਲ ਗੁਰਦੀਪ ਬੈਨੀਪਾਲ, ਡੇਲੀ ਪੋਸਟ ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5